ਭਾਰਤ ਯੂਨੀਅਨ ਹਾਕੀ ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਪਹੁੰਚ ਚੁੱਕਾ ਹੈ। ਮੌਜੂਦਾ ਚੈਂਪੀਅਨ ਭਾਰਤ ਯੂਰਪ ਦੀਆਂ ਸਿਖਰਲੀਆਂ ਟੀਮਾਂ 'ਚ ਇੱਕ ਬੈਲਜੀਅਮ ਨੂੰ 1-0 ਨਾਲ ਹਰਾ ਕੇ ਯੂਨੀਅਨ ਪੁਰਸ਼ ਹਾਕੀ ਵਿਸ਼ਵ ਕੱਪ ਦੇ ਸੈਮੀ ਫਾਈਨਲ ਗੇੜ ਵਿੱਚ ਦਾਖਲ ਹੋ ਗਿਆ ਹੈ। ਸ਼ੁੱਕਰਵਾਰ ਨੂੰ ਖੇਡੇ ਜਾਣ ਵਾਲੇ ਸੈਮੀ ਫਾਈਨਲਸ ਵਿੱਚ ਭਾਰਤ ਦਾ ਮੁਕਾਬਲਾ ਜਰਮਨੀ ਨਾਲ ਹੋਵੇਗਾ। 6 ਵਾਰ ਦੀ ਚੈਂਪੀਅਨ ਜਰਮਨੀ ਨੇ ਸਪੇਨ ਨੂੰ ਸ਼ੂਟ ਆਊਟ ਵਿੱਚ 3-1 ਨਾਲ ਹਰਾ ਕੇ ਸੈਮੀ ਫਾਈਨਲ ਦਾ ਟਿਕਟ ਕਟਾਇਆ ਹੈ। ਭਾਰਤ ਨੇ ਸਾਲ 2016 ਵਿੱਚ ਲਖਨਊ 'ਚ ਖੇਡੇ ਫਾਈਨਲ ਵਿੱਚ ਬੈਲਜੀਅਮ ਨੂੰ 2-1 ਨਾਲ ਮਾਤ ਦਿੱਤੀ ਸੀ ਤੇ ਜੂਨੀਅਰ ਟੀਮ ਦੇ ਮੁਕਾਬਲੇ ਵਿੱਚ ਵੀ ਯੂਰਪੀਅਨ ਟੀਮ ਖਿਲਾਫ ਆਪਣੀ ਉਸੇ ਚੜ੍ਹਤ ਨੂੰ ਕਾਇਮ ਰੱਖਿਆ। ਸ਼ਰਦਾਨੰਦ ਤਿਵਾੜੀ ਨੇ ਦੂਜੇ ਕੁਆਟਰ ਦੇ 21ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰਕੇ ਭਾਰਤ ਨੂੰ 1-0 ਦੀ ਬੜਤ ਦਵਾਈ, ਜੋ ਮੈਚ ਖਤਮ ਹੋਣ ਤੱਕ ਬਰਕਰਾਰ ਰਹੀ। ਮੈਚ ਦੌਰਾਨ ਦੋਵੇਂ ਧਿਰਾਂ ਨੇ ਰੱਖਿਆਤਮਕ ਖੇਡ ਦਾ ਮੁਜ਼ਾਹਰਾ ਕੀਤਾ, ਪਰ ਕਿਤੇ ਨਾ ਕਿਤੇ ਭਾਰਤ ਦਾ ਹੱਥ ਵਿਰੋਧੀ ਟੀਮ ਨਾਲੋਂ ਉੱਤੇ ਰਿਹਾ। ਬੈਲਜੀਅਮ ਨੇ ਹਾਲਾਂਕਿ ਤੇਜ਼ ਤਰਾਰ ਸ਼ੁਰੂਆਤ ਕਰਦਿਆਂ ਮੈਚ ਦੇ ਪਹਿਲੇ ਕੁਝ ਮਿੰਟਾਂ ਵਿੱਚ ਭਾਰਤ 'ਤੇ ਦਬਾਅ ਵੀ ਬਣਾਇਆ। ਭਾਰਤੀ ਰੱਖਿਆ ਪੰਕਤੀ ਨੇ ਸੰਜਮੀ ਖੇਡ ਦਾ ਮੁਜ਼ਾਹਰਾ ਕੀਤਾ। ਮੈਚ ਦੇ 13ਵੇਂ ਮਿੰਟ ਵਿੱਚ ਬੈਲਜੀਅਮ ਦੀ ਟੀਮ ਨੇ ਗੋਲ ਵੱਲ ਨਿਸ਼ਾਨਾ ਲਾਇਆ, ਪਰ ਭਾਰਤ ਦੇ ਪ੍ਰਸ਼ਾਂਤ ਚੌਹਾਨ ਨੇ ਇਸ ਹਮਲੇ ਦਾ ਬਾਖੂਬੀ ਬਚਾਅ ਕੀਤਾ। ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਭਾਰਤ ਦੇ ਵਿਸ਼ਵ ਹਾਕੀ ਕੱਪ ਦੇ ਸੈਮੀਫਾਈਨਲ ਵਿੱਚ ਕਿਹੋ ਜਿਹੀ ਕਾਰਗੁਜ਼ਾਰੀ ਹੋਵੇਗੀ, ਇਹ ਸਮਾਂ ਦੱਸੇਗਾ।